ਇੱਕ ਔਰਤ ਦੇ ਵੱਲੋਂ ਵਕੀਲ ਦੇ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ। ਦੱਸਦੀ ਹੈ ਕਿ ਇਸ ਔਰਤ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਇਹ ਚਿੱਟੇ ਦਾ ਕੰਮ ਕਰਦੀ ਹੈ, ਤੇ ਜਦੋਂ ਵਕੀਲ ਦੇ ਵੱਲੋਂ ਇਸ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ, ਪੁਲਿਸ ਮੌਕੇ ਤੇ ਜਾਂਚ ਕਰਨ ਪਹੁੰਚੀ ਤਾਂ ਪੁਲਿਸ ਦੇ ਸਾਹਮਣੇ ਹੀ ਇਸ ਔਰਤ ਦੇ ਵੱਲੋਂ ਵਕੀਲ ਦੇ ਮੂੰਹ ਤੇ ਥੱਪੜ ਮਾਰਿਆ ਗਿਆ। ਹਾਲਾਂਕਿ ਕੁਝ ਦਿਨ ਪਹਿਲਾਂ ਹੀ ਇਸ ਔਰਤ ਦੇ ਭਰਾ ਨੂੰ ਨਸ਼ੇ ਦੇ ਕੇਸ ਦੇ ਵਿੱਚ ਕਿਹਾ ਜਾ ਰਿਹਾ ਕਿ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੇ ਕਾਰਨ ਇਹ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਸੀ, ਤੇ ਜਦੋਂ ਬੀਤੇ ਦਿਨਾਂ ਪੁਲਿਸ ਇਲਾਕੇ ਦੇ ਵਿੱਚ ਸਰਚ ਕਰਨ ਦੇ ਲਈ ਪਹੁੰਚਦੀ ਹੈ ਤਾਂ ਇਸ ਔਰਤ ਦੇ ਵੱਲੋਂ ਪਹਿਲਾਂ ਤਾਂ ਹੰਗਾਮਾ ਕੀਤਾ ਜਾਂਦਾ, ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਜਾਂਦੀ ਹੈ, ਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਇਸ ਵਕੀਲ ਦੇ ਥੱਪੜ ਮਾਰ ਦਿੱਤਾ ਜਾਂਦਾ। ਮੌਕੇ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਇੱਕ ਔਰਤ ਖੜੀ ਨਜ਼ਰ ਆ ਰਹੀ ਹੈ। ਪਹਿਲਾਂ ਤਾਂ ਪੁਲਿਸ ਮੁਲਾਜ਼ਮਾਂ ਦੇ ਨਾਲ ਬਹਿਸ ਕੀਤੀ ਜਾਂਦੀ ਹੈ, ਪਰ ਇੰਨੇ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਇੱਕ ਇਲਾਕੇ ਦੇ ਵਿੱਚ ਵਕੀਲ ਰਹਿੰਦਾ, ਉਸਦੇ ਮੂੰਹ ਦੇ ਉੱਤੇ ਇਸ ਔਰਤ ਦੇ ਵੱਲੋਂ ਥੱਪੜ ਮਾਰਿਆ ਗਿਆ, ਤੇ ਮੌਕੇ ਤੇ ਮੌਜੂਦ ਮੁਹੱਲੇ ਦੀਆਂ ਔਰਤਾਂ ਨੇ ਇਸ ਔਰਤ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਾਏ ਨੇ। ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਮੁਹੱਲੇ ਦੇ 3 ਤੋਂ 4 ਘਰ ਨੇ ਜਿਹੜੇ ਕਿ ਇਸ ਧੰਦੇ ਦੇ ਵਿੱਚ ਲੱਗੇ ਹੋਏ ਨੇ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਚਿੱਟਾ ਵੇਚਣ ਵਾਲੀ ਔਰਤ ਦੇ ਵੱਲੋਂ ਸਿੱਧਾ ਹੀ ਵਕੀਲ ਦੇ ਮੂੰਹ ਤੇ ਥੱਪੜ ਮਾਰਿਆ ਗਿਆ, ਔਰਤਾਂ ਦੇ ਵੱਲੋਂ ਉਸ ਔਰਤ ਤੇ ਇਲਜ਼ਾਮ ਲਗਾਏ ਗਏ ਨੇ। ਅਸੀਂ ਇੱਥੇ ਸਾਰੇ ਕਹਿ ਰਹੇ ਸੀ ਕਿ ਚਿੱਟਾ ਵਿਕਦਾ, ਇੱਥੇ ਸਾਰੇ ਗੱਲ ਕਰ ਰਹੇ ਸੀ। ਉੱਧਰੋਂ ਕੁੜੀ ਆਈ, ਉਹ ਬੋਲ ਬਹੁਤ ਜ਼ਿਆਦਾ ਰਹੀ ਸੀਗੀ। ਅਸੀਂ ਉਹਨੂੰ ਕਿਹਾ ਵੀ ਤੂੰ ਨਾ ਬੋਲ, ਅਸੀਂ ਕਾਫੀ ਚਿਰ ਉਹਨੂੰ ਹਟਾਈ ਜਾ ਰਹੇ, ਸਾਰੀਆਂ ਲੇਡੀਜ਼ ਹਟਾ ਰਹੀਆਂ ਸੀ। ਪਹਿਲਾਂ ਤਾਂ ਉਹ ਪੁਲਿਸ ਵਾਲਿਆਂ ਦੇ ਨਾਲ ਹੱਥੀ ਪਈ, ਕਹਿੰਦੇ ਤੁਸੀਂ ਇਹਦੀ ਵੀਡੀਓ ਬਣਾਓ, ਆਪਣੀ ਭੈਣ ਨੂੰ ਸਿਸਟਰ ਨੂੰ ਕਹਿ ਰਹੀ ਕਿ ਆਪਣੀ ਵੀਡੀਓ ਬਣਾਓ, ਇਹਦੀ ਵੀਡੀਓ ਬਣਾਓ, ਇਹ ਮੈਨੂੰ ਨਾ ਇਹ ਮੈਨੂੰ ਕਿੱਦਾਂ ਬੋਲ ਬਦਤਮੀਜ਼ੀ ਨਾਲ ਬੋਲਦਾ ਪਿਆ ਆ। ਅਤੇ ਹੁਣ ਉਹਨੂੰ ਅਸੀਂ ਸਾਰੇ ਠਾ ਰਹੇ, ਸਾਰੀ ਲੇਡੀਜ਼ ਠਾ ਰਹੀ ਆ, ਉਹ ਹਟ ਨਹੀਂ ਰਹੀ। ਅਸੀਂ ਉਹਨੂੰ ਪਿੱਛੇ ਤੱਕ ਛੱਡਣ ਗਏ, ਫਿਰ ਘੁੰਮ ਘੁੰਮਾ ਕੇ ਉਹ ਆਈ, ਉਹਨੇ ਉੱਥੇ ਮੁੰਡਾ ਖੜਾ ਸੀ ਅਮਿਤ, ਉਹਦੇ 'ਚ ਐਡਵੋਕੇਟ ਅਮਿਤ ਖੜਾ ਸੀ, ਉਹਦੇ 'ਚ ਪੇੜ ਮਾਰੀ। ਫਿਰ ਜੀ ਫਿਰ ਜਦੋਂ ਉਹ ਨਹੀਂ ਸਾਡੀ ਨਹੀਂ, ਉਹ ਐਡਵੋਕੇਟ ਆ, ਵਕੀਲ ਆ, ਨਹੀਂ ਜਿਨ੍ਹਾਂ ਨੇ ਮਾਰੀ, ਹਾਂਜੀ ਉਹ ਕਰਦੀ, ਹਾਂਜੀ ਉਹ ਕਰਦੀ ਚਿੱਟਾ, ਹਾਂਜੀ ਹਾਂਜੀ ਕਰਦੇ, ਹਾਂਜੀ ਉਹ ਕਰਦੇ ਚਿੱਟਾ, ਕਾਫੀ ਸਮੇਂ ਤੋਂ ਕਰ ਰਹੇ, ਜਦ ਮੇਰਾ ਮੈਰਿਜ ਹੋਈ ਉਸ ਤੋਂ ਪਹਿਲਾਂ ਦੀ, ਹਾਂਜੀ ਫਿਰ ਹੁਣ ਉਹ ਬੋਲ ਰਹੀਆਂ ਆ, ਹੁਣ ਵੀ ਹੱਥੀ ਬੋਲ ਰਹੀਆਂ, ਹੁਣ ਵੀ ਉਹ ਪੈ ਰਹੀਆਂ, ਹੁਣ ਵੀ ਉਹ ਬੋਲ ਰਹੀਆਂ, ਗਾਲੀ ਗਲੋਚ ਕੱਢ ਰਹੀਆਂ ਆ, ਮੇਰੀ ਬੇਟੀ ਨੂੰ ਵੀ ਗੰਦਾ ਗੰਦਾ ਬੋਲ ਰਹੀਆਂ ਆ। ਨਹੀਂ ਜੀ ਹੁਣ ਦੇਖੋ ਹੁਣ ਕਰ ਰਹੀ ਹੈ, ਨਹੀਂ ਹੁਣ ਅੱਗੇ ਤੁਹਾਡੇ ਹਸਬੰਡ ਗਏ ਆ, ਉਹਨਾਂ ਗਏ ਹੋਏ ਆ ਉਹਨਾਂ ਤੋਂ ਪੁਲਿਸ ਵਾਲਿਆਂ ਦੇ ਕੋਲ। ਬਸ ਇਹੀ ਆ ਕਿ ਸਾਡੇ ਮਹੱਲੇ 'ਚ ਚਿੱਟਾ ਨਹੀਂ ਚੱਲਣਾ ਚਾਹੀਦਾ, ਪ੍ਰਸ਼ਾਸਨ ਦਾ ਸਾਡੇ ਕੋਲ ਇਹੀ ਮੰਗ ਆ ਕਿ ਸਾਡੇ ਮਹੱਲੇ 'ਚ ਚਿੱਟਾ ਨਹੀਂ ਚੱਲਣਾ ਚਾਹੀਦਾ ਹੈਗਾ, ਚਿੱਟਾ ਬੰਦ ਹੋਣਾ ਚਾਹੀਦਾ, ਕਿਉਂਕਿ ਕਾਫੀ ਪਰਿਵਾਰ, ਹੁਣ ਕਿੰਨੇ ਪਰਿਵਾਰ, ਕਿੰਨੇ ਕੁ ਦੱਸੀ ਅਸੀਂ ਤੁਹਾਨੂੰ, 5-6 ਘਰ ਆ, ਕਾਫੀ ਆ, ਕਾਫੀ ਹੋ ਗਈਆਂ ਜੀ। ਉਹਨਾਂ ਤੁਹਾਨੂੰ ਕਿੱਦਾਂ ਸਿਗਨਾਈਏ ਕਿ ਕਿੰਨੀਆਂ ਮੌਤਾਂ ਹੋ ਚੁੱਕੀਆਂ, ਜਵਾਨ ਜਵਾਨ ਮੌਤਾਂ ਹੋਈਆਂ, ਜਿਹਨਾਂ ਦੇ ਘਰ 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 ਖਾਲੀ ਹੈ, ਖਾਲੀ ਹੋ ਗਏ ਚਿੱਟੇ ਨਾਲ।